वो भी कहने गुड मॉर्निंग हो गई की बनता पे फिर किया बाल्टियां ये लड़ियां मूलियां वाले प्याज वाले मिथे वाले धनिया वाले परौंठे रोटियां मक्की दियां मिथे वाले रोटियां बनाई जानी है ਤੁਹਾਨੂੰ ਲਾਈ ਗਈ ਜਾਂਦੀ ਆ ਹੈ ਨਾ ਕਿੰਨੀ ਤੇਰਾ ਵਿਆਹ ਹੋ ਗਿਆ ਫਿਰ ਸਾਸ ਨੂੰ ਗੋਲਾ ਕੱਢੀ ਫਿਰ ਤੂੰ ਕੀ ਕਰੂੰਗੀ ਫਿਰ ਪਾੜੂਗੀ ਹੈ ਤੁਹਾਨੂੰ ਇਹ ਦੇਖੀ ਜਰ ਤੁਹਾਨੂੰ ਦੇ ਲੈ ਤਦਿਆ ਕੱਢੀ ਕਰਕੇ ਜਿਵੇਂ ਮੈਡਮ ਦੀ ਦੀ ਉੱਥੇ ਪਾਉਂ ਖੜਾ ਹੋ ਕੇ ਥੱਲੇ ਚਾਪੇ ਮਾਰਿਆ ਬੈਠਾ ਬੰਦ ਦੇ ਬੰਦ ਦੇ ਦੇ ਕਾਹਨੂੰ ਕੋਈ ਖੜਾ ਤਾਂ ਨਹੀਂ ਸੀ बुनट पूरा साफ सी मेनू की पता मैं देख क्या देख क्या डूंगे जे पे है मिट्टी लगती है ਲੈ ਮਿੱਤਰਾ ਕਹਿੰਦਾ ਜਿਹੜਾ ਆਪਾਂ ਜਗਾੜ ਲਾਇਆ ਸੀ ਕਹਿੰਦਾ ਪਿਛਲੇ ਟਾਇਰ ਤਾਂ ਆਪਾਂ ਨੇ ਹੋ ਗਏ ਜਗਾੜਮੈਂਟ ਪੂਰੇ ਅਤੇ ਇਹਨੂੰ ਕਰਾਵਾਂਗੇ ਕਲਰ ਆ ਵੀਲਾਂ ਨੂੰ ਅਤੇ ਆਪਾਂ ਬਣਾ ਲਏ ਆਫ ਰੋਡ ਵੀਲ ਦੱਸੋ ਫਿਰ ਘੈਂਟ ਲੱਗਦੇ ਆਪਣੀ ਗੱਡੀ 'ਤੇ ਅਤੇ ਹੁਣ ਆਪਾਂ ਕਰਦੇ ਹਾਂ ਪਿਛਲੀ ਗੱਡੀ ਦਾ ਵੀ ਜਗਾੜ ਸੋਰੀ ਪਾਲੀ ਸਾਈਡ ਦਾ ਵੀ ਹਜੇ ਮੈਂ ਲੱਗਾ ਹੋਇਆ ਇਹਨੂੰ ਮੋਡੀਫਾਈ ਕਰਨ ਥੋੜ੍ਹਾ ਜਿਹਾ ਤਾਂ ਇਹਦਾ ਖਲਾਰਾ ਖਲੂਰਾ ਜਿਹਾ ਵਿੱਚ ਪਿਆ ਆ ਪਹਿਲਾਂ ਲੋਕ ਖੋਲ ਲਈਏ ਲੋਕ ਖੋਲ ਕੇ ਤਾਂ ਕਰਦੇ ਹਾਂ ਦੂਜੇ ਪਾਸੇ ਨੂੰ ਜੁਗਾੜ ਚਾਬੀ ਪੂਰਾ ਦੇਖਿਓ ਮੇਰਾ ਆਪਾਂ ਘੈਂਟ ਕੰਮ ਕਰ ਦੇਣਾ बदली करने तो पहले टायर सीधे करने पैंदे मूले ज्यादा ज्यादा हो गए शीशा डाउन कर दिया एक आधी चाबी बिच रह गई मेरे को उदो का फिर मैं थोड़ा जहा संभाल के चल तरा भी हो गया अपना टायर ਸਾਡੇ ਘਰ ਵਾਲਾ ਰੋਟੀ ਮਿੱਤਰ ਰੋਟੀ ਹੋ ਗਈ ਰੈਡੀ ਆਪਾਂ ਖਾ ਕੇ ਕਰਦੇ ਚੈੱਕ ਕਿੱਦਾਂ ਬਣੀ ਆਪਣੀ ਮੇਥੀਆਂ ਦੀ ਰੋਟੀ 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 ਆ ਜਾਓ ਵੀਹ ਰੁਪਏ ਥਾਲੀ ਵੀਹ ਰੁਪਏ ਥਾਲੀ ਨਾਲ ਦਹੀਂ ਅਤੇ ਨਾਲ ਮੇਥੇ ਰੋਟੀ ਨਾਲ ਛਿੱਤਰ ਕਿਹਨੇ ਖਾਣੀ ਆ ਜਾਓ ਫਟਾਫਟ ਅਤੇ ਐਂ ਆਪਣੇ ਬੈਠੇ ਕਾਰਟੂਨ ਸਤਿ ਸ਼੍ਰੀ ਅਕਾਲ ਜੀ ਕਿੱਥੇ ਡੁੱਬਣ ਅਸੀਂ ਕਿਉਂ ਡੁੱਬ ਗਏ ਇੱਥੇ ਕਿ ਲਿਆ ਮੈਨੂੰ ਰੋਟੀ ਅੰਦਰ ਸ਼ਾਮੇ 'ਚ ਟੈਡਾ ਪਰ ਘੱਟ ਪਾਣੀ ਪੀ ਲੈਂਦੀ ਤੈਨੂੰ ਰੋਟੀਆਂ ਖਾਦੀ ਸੁਣਾਈ ਜਾਂਦੀ ਆਦੀ ਅਮਾ ਲੱਸੀ ਲਿਆਉਣੀ ਹੱਟੀਆਂ ਪਤੀ ਕਿਹੜਾ ਸੇ ਬੋਲਦੀ ਹੋ ਮਾਮਾ ਤਾਂ ਬਿਮਾਰ ਹੈ ਹਾਂ ਅਮਾ ਮਾਮੇ ਨੇ ਬਣਾਉਣੀ ਚੱਲ ਲਿਆ ਫਿਰ ਚੱਲਦੀ ਰੋਟੀ ਨੋ ਮੈਂ ਤੁਹਾਨੂੰ ਰੋਟੀ ਆ ਗਈ ਹੁਣ ਉਹ ਖਾਣ ਚੈੱਕ ਕਿੰਦਾ ਬਣੀ ਸਹੀ ਆ ਸਵਾਦ ਆ ਫੁੱਲ ਫੁੱਲ ਸਵਾਦ ਟੇਸਟੀ ਸਵੇਰ ਦੇ 9 ਵਜੇ ਰੋਟੀ ਖਾਧੀ ਜਾ ਰਹੀ ਆ ਚਲੋ ਫਿਰ ਮੈਂ ਰੋਟੀ ਖਾ ਗਿਆ ਵਾ ਲੈ ਮਿੱਤਰਾ ਕਹਿੰਦੇ ਬਿਜਲੀ ਬੋਰਡ ਬਣਾ ਤਾ ਆਪਾਂ
चार एक चार्ज दो तीन 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 फोन चार्ज लाए आ अपना फोन रात को फुल करया करो मैं रात में चार्ज ला के सोया ना अपना मेरा फोन फुल हो जाता हूँ आए हैं सी जगवीर के घर फोन चार्ज लाने फोन चार्ज लाने क्योंकि साढ़े पिंड लाइट है नहीं सी असं आ गए इन्होंने पिंड तो मित्रों कहते हम फोन चार्ज लाए जाएंगे जा नाला जाके तो तू पानी नहाना हाँ प्या दे अंदर पानी है वो उठे तू नहाना है फ्रेश पानी ना की है ਮਾੜਿਆਂ ਕੰਮਾਂ ਦੀ ਕੁਝ ਤਾਂ ਨਹੀਂ ਕਰਦਾ ਨੀ ਤਾਲੀ ਬਣੀ ਆ ਦੇਖੋ ਮਿੱਤਰੋ ਇਹ ਉਹਦੇ ਵਰਗੀ ਲੱਗਦੀ ਆ ਗੁਰ ਹਰਗੋਪਾਲ ਵਰਗੀ ਉਸਤਾਦ ਨਹੀਂ ਤਾਂ ਕਰਨੀਆਂ ਪੈਂਦੀਆਂ ਅੱਖਾਂ ਦੇ ਕਦਾਂ ਕਦੀ ਐਦੀ ਪੋਣਾ ਮੰਮੀ ਅੱਜ ਉਸਤਾਦ ਮਿਹਨਤ ਕਰਨੀਆਂ ਪੈਂਦੀਆਂ ਧੁੱਪੇ ਦਮ ਸਾੜਨਾ ਪੈਂਦਾ ਹੈ ਫਿਰ ਜਾ ਕੇ ਬਲੌਗ ਬਣਦਾ ਹੈ ਇਹ ਕਿੱਧਰ ਆ ਤੈਨੂੰ ਦੇਖ ਕੇ ਬਾਹਰ ਕੱਢ ਦੇਣਾ ਉਹਨਾਂ ਨੇ ਉਹਨੇ ਕਹਿੰਦਾ ਕਾਲੀ ਮਾਤਾ ਕਿੱਥੇ ਆ ਗਈ ਐਂ ਨਹੀਂ ਜਾਣਾ ਤੈਨੂੰ ਦੇਖ ਕੇ ਬਾਹਰ ਕੱਢ ਦੇਣਾ ਉਹਨਾਂ ਨੇ कैसे हो यार ना उन्होंने आवे तो गुस्सा देखो उन्होंने आवे सूट दूजे दा लाइव कितना के लिए अब अपना टैटू उन्होंने खोल दिया मैं टैटू खोल के ता सही करा है और मैं चलना अगर करूं ब्लैक कलर करांगे अपन रिमा दे बच अब देखी करे देसी जी गाल लाके हम तैयार करने ने ते मित्रों नाल अपने जाएगी अपनी ए भी इन्हें शायद थोड़ा सामान लेना ही ਦੇਸੀ ਰਿਮ ਤਿਆਰ ਕਰਾਂਗੇ ਅੱਜ ਘਰੇ ਅਤੇ ਮਤਲਬ ਸਾਰੇ ਦੇਖਿਓ ਅਤੇ ਟਰਾਈ ਜ਼ਰੂਰ ਕਰਿਓ ਆਪਣੀ ਆਪਣੀ ਕਾਰ 'ਤੇ ਅਤੇ ਚਲੋ ਟਰਾਈ ਆਪਣੇ ਰਿਸਕ 'ਤੇ ਕਰਿਓ ਪਰ ਮੇਰੇ ਪਿੱਛੇ ਲੱਗ ਕੇ ਨਾ ਕਰਿਓ ਮਸ ਆ ਜਾਓ ਆ ਜਾਓ ਵੀਹ ਰੁਪਏ ਪਲੇਟ ਆ ਹੱਥ ਲਵੋ ਗਿਆ ਹੌਲੀ ਜਾਣੇ ਚੱਕੀ ਆ ਮੁੰਡਾ ਪਹੁੰਚ ਤੇਰੀ ਚ ਮੈਨੂੰ ਨਹੀਂ ਖਲਾਉਣੇ ਅੱਜ ਆਪਾਂ ਨਿਊ ਵੀਲ ਪਵਾ ਲਏ ਆਪਣੀ ਗੱਡੀ ਨੂੰ ਤੇ ਬੰਪਰ ਬੰਪਰ ਵੀ ਨਵੇਂ ਪਵਾ ਲਏ ਸਾਰੇ ਅੱਗੇ ਵੀ ਪਿੱਛੇ ਵੀ ਤੇ ਵੀਲ ਚੈੱਕ ਕਰੋ ਘੈਂਟ ਆ ਫਿਰ ਲਾਗੇ ਕਰਕੇ ਦਿਖਾ ਨਵੇਂ ਨਵੇਂ ਆ ਹਜੇ ਤਾਂ ਕਰਕੇ ਚੌਂਕਦੇ ਪਏ ਆ ਨਾਲ ਟਾਇਰਾਂ ਦੇ ਅੱਗੇ ਵੀ ਦਿਖਾ ਹੁਣ ਲੋਕ ਬਾਅਦ ਚ ਦਿਖਾਵਾਂਗੇ ਪਹਿਲਾਂ ਕਰ ਲੈ ਬਣਾ ਲਓ ਕੰਮ ਬਾਹਰ ਲੱਗਾ ਬਕਵਾਸ ਕਰਨ ਦਾ ਲੋ ਮਿੱਤਰੋ ਵੀਲਾਂ ਲੁੱਕ ਚੈੱਕ ਕਰੋ ਫਿਰ ਉਹ ਜਿਹੜੇ ਬੰਦੇ ਤੋਂ ਲਿਆਉਂਦੇ ਸੀ ਵੀਲ ਯਾਰ ਉਹ ਬੰਦੇ ਨੇ ਨਾ ਮਤਲਬ ਕਿ ਕੇਅਰ ਕੂਅਰ ਨਹੀਂ ਕੀਤੀ ਰੰਗ ਰੁੰਗ ਲਿੱਥਾ ਸੀ ਮੈਂ ਕਿਹਾ ਚਲੋ ਕਲਰ ਮਾਰ ਦਿੰਦੇ ਹਾਂ ਅਤੇ ਮੈਂ ਲਗਾਇਆ ਅੱਜ ਘਰੇ ਦੇਸੀ ਜਗਾੜ ਮੈਨੂੰ ਕਹਿੰਦੇ ਦੇਸੀ ਜਗਾੜ ਮਿੱਤਰੋ ਕੁਛ ਨਹੀਂ ਕਰਨਾ ਆਪਣੀ ਗੱਡੀ ਦੇ ਜਿਹੜੇ ਸਿੰਪਲ ਵੀਲ ਆ ਆਪਾਂ ਉਹਨੂੰ ਹੀ ਆਫ ਰੋਡਿੰਗ ਵੀਲ ਬਣਾ ਸਕਦੇ ਹਾਂ ਘਰੇ ਮੈਂ ਤੁਹਾਡਾ 200-300 ਰੁਪਏ ਦਾ ਖਰਚਾ ਆਉਣਾ ਜ਼ਿਆਦਾ ਮਹਿੰਗਾ ਖਰਚਾ ਨਹੀਂ 200-300 ਦੇ ਖਰਚੇ ਨਾਲ ਹੀ ਤੁਹਾਡੀ ਗੱਡੀ ਦੇ ਵੀਲ ਐਨ ਘੈਂਟ ਵਰ ਘੈਂਟ ਬਣ ਜਾਣਗੇ ਬਾਹਰ ਰੰਗ ਰੁੰਗ ਲੋ ਕੇਅਰ ਨਾ ਕਰਿਓ
ਨਾ ਟਾਇਰਾਂ ਤੇ ਨਾ ਗੱਡੀਆਂ ਤੇ ਪੂਰੀ ਗੱਡੀ ਦੇਖ ਲਓ ਐਨ ਬਣਾ ਸਕੀ ਨਾਲੇ ਟਾਇਰ ਵੀ ਬਾਹਰ ਚਾਰ ਚਾਰ ਇੰਚੀ ਬਾਹਰ ਨਿਕਲ ਆਏ ਆ ਥੋੜ੍ਹੀ ਸਪਰੇ ਵੱਜ ਗਈ ਸੀ ਮੈਂ ਕਿਹਾ ਚਲੋ ਇੱਦਾਂ ਹੀ ਮਾਰ ਮੂਰ ਦਿੰਦੇ ਹਾਂ ਕੀ ਕਰਨੀ ਹੁਣ ਕਿਹੜਾ ਪੰਚ ਚਾਹੀਦੀ ਕਲਰ ਬਹੁਤ ਵੱਜ ਗਿਆ ਅੱਜ ਇੰਨਾ ਕਲਰ ਲਾਉਣ ਦੀ ਲੋੜ ਤਾਂ ਹੈ ਨਹੀਂ ਇਹ ਸਵੇਰੇ ਪਤਾ ਲੱਗੇ ਤਾਂ ਬਣ ਗਿਆ ਬੰਪਰ ਸ਼ੰਪਰ ਵੀ ਕਰਾ ਲਿਆ ਬੰਦੇ ਕੋਲ ਗੱਲਬਾਤ ਬਣ ਗਈ ਦੇਖੋ ਇਹ ਸਵੇਰ ਤੋਂ ਲੱਗੇ ਹਾਂ ਆਪਾਂ ਮੈਂ ਮਤਲਬ ਪੂਰੀ ਦਿਹਾੜੀ ਲੱਗ ਗਈ ਮੇਰੀ ਫਿਰ ਯਾਰ ਇਹ ਕੰਮ ਹੋਇਆ ਕਿਤੇ ਲੱਗਾ ਗੱਡੀ ਲਾਉਣ ਥੱਲੇ ਕਿਉਂਕਿ ਮੈਂ ਇੱਟਾਂ ਉੱਟਾਂ ਚੱਕ ਚੁੱਕ ਲਾ ਕੇ ਤੇ ਚੱਕ ਲਈ ਤਾਂ ਹੁਣ ਆਪਾਂ ਲਾਵਾਂਗੇ ਥੱਲੇ ਫਿਰ ਮਿੱਤਰਾ ਲੈ ਵੀ ਮਿੱਤਰਾ ਕਹਿੰਦਾ ਟਾਇਰਾਂ ਦੀ ਗੱਲ ਕੀ ਗੱਲਬਾਤ ਕੈਂਟ ਕੈਂਟ ਪਰ ਕੈਂਟ ਇਹਦੇ ਵਿੱਚ ਕਰਾਵਾਂਗੇ ਹੁਣ ਆਪਾਂ ਟੇਪਿੰਗ ਇੱਕ ਥੱਲੇ ਕੱਢ ਲਈ ਮਾੜਾ ਜਿਹਾ ਫਿਰ ਕਰਦੇ ਹਾਂ ਗੱਲਾਂ ਬਾਤਾਂ ਮੈਂ ਅੱਜ ਇਕੱਲਾ ਹੀ ਲੱਗਾ ਹਾਂ ਬਾਬੇ ਇਕੱਲਾ ਹੀ ਮੈਂ ਕੋਈ ਨਹੀਂ ਆਇਆ ਜੀ ਨਹੀਂ ਨਾ ਨੂੰ ਮੈਂ ਜਾ ਕੇ ਫਿਰ ਕਰਦੇ ਹਾਂ ਰੈਸ਼ ਗੱਲਾਂ ਬਾਤਾਂ ਗੱਡੀ ਦੇ ਚੱਕਰ 'ਚ ਅੱਜ ਰੋਟੀ ਖਾਣਾ ਹੀ ਭੁੱਲ ਗਿਆ ਇਹ ਦੇਖ ਲਓ ਤੁਸੀਂ ਇੰਨਾ ਵਧੇਰੂ ਹੋ ਜਾਂਦਾ ਨਾ ਵੀ ਹਾਂ ਵੀ ਹੁਣ ਆਪਾਂ ਅੱਜ ਆਹ ਕੰਮ ਕਰਨਾ ਤਾਂ ਕਰਨਾ ਹੀ ਹੈ ਮੈਨੂੰ ਇਹ ਆ ਵੀ ਜੇ ਜੇ ਮੈਂ ਕੋਈ ਕੰਮ ਕਰਨਾ ਤਾਂ ਮੈਂ ਕਰਨਾ ਹੀ ਕਰਨਾ ਉੱਤੇ ਨਹੀਂ ਕਰਨਾ ਉਸੇ ਟਾਈਮ ਕਰ ਦੋ ਹੁਣ ਲੱਗ